ਕਿਸਾਨ ਐਚ ਜੀ ਤੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਬਾਪੂ ਬਲਕੌਰ ਸਿੰਘ ਮਾਂ ਚਰਨ ਕੌਰ ਦੀ ਹਵੇਲੀ ਵਿੱਚ ਬਹੁਤ ਹੀ ਖੁਸ਼ੀ ਦਾ ਦਿਨ ਹੈ। ਅੱਜ ਇੰਝ ਲੱਗ ਰਿਹਾ ਹੈ ਕਿ ਸਿੱਧੂ ਹੀ ਵਾਪਸ ਇਸ ਘਰ ਵਿੱਚ ਦੁਬਾਰਾ ਜਨਮ ਲੈ ਚੁੱਕਾ। ਇੰਝ ਲੱਗ ਰਿਹਾ ਕਿ ਉਸ ਘਰ ਦੇ ਜੋ ਵੀ ਉਦਾਸੀਆਂ ਨੇ ਸਭ ਪਰਮਾਤਮਾ ਨੇ ਉਹਨਾਂ ਨੂੰ ਖੁਸ਼ੀਆਂ ਵਿੱਚ ਬਦਲ ਦਿੱਤਾ। ਸੋ ਜੋ ਵੀ ਇਸ ਘਰ ਦਾ ਮਾਹੌਲ ਹੈ ਅੱਜ ਤੁਸੀਂ ਦੇਖ ਸਕਦੇ ਹੋ ਕਿ ਅੱਜ ਇਸ ਘਰ ਵਿੱਚ ਰੌਣਕਾਂ ਹੀ ਨਜ਼ਰ ਆ ਰਹੀਆਂ ਨੇ। ਜੋ ਹਵੇਲੀ ਕਦੇ ਸੁੰਨਸਾਨ ਮਹਿਸੂਸ ਹੁੰਦੀ ਸੀ ਅੱਜ ਉਸ ਘਰ ਦੇ ਵਿੱਚ ਰੌਣਕਾਂ ਹੀ ਲੱਗ ਰਹੀਆਂ ਨੇ। ਸੋ ਸਾਰਿਆਂ ਨੂੰ ਇਸ ਖੁਸ਼ੀ ਦਾ ਬਹੁਤ ਹੀ ਹੱਦੋਂ ਵੱਧ ਕੇ ਚਾਅ ਹੈ। ਸੋ ਇਹ ਜਿਹੜੀ ਖੁਸ਼ੀ ਹੈ ਅੱਜ ਸਾਰੇ ਚੈਨਲ ਹੀ ਦੁਨੀਆ ਭਰ ਵਿੱਚ ਸਾਂਝਾ ਕਰ ਰਹੇ ਹਨ। ਦੁਨੀਆ ਦੇ ਸਾਰੇ ਲੋਕ ਹੀ ਇਸ ਖੁਸ਼ੀ ਨੂੰ ਬਹੁਤ ਹੀ ਦਿਲੋਂ ਮਹਿਸੂਸ ਕਰ ਰਹੇ ਹਨ, ਕਿਉਂਕਿ ਪਰਮਾਤਮਾ ਨੇ ਸਾਰੇ ਹੀ ਲੋਕਾਂ ਦੀ ਇਹ ਗੱਲ ਸੁਣ ਲਈ ਕਿ ਜੋ ਚਾਹੁੰਦੇ ਸਨ ਕਿ ਸਿੱਧੂ ਵੀਰੇ ਵਾਪਸ ਆ ਜਾ, ਸਿੱਧੂ ਵੀਰੇ ਵਾਪਸ ਆ ਜਾ। ਸਾਰੇ ਲੋਕਾਂ ਦੇ ਜੋ ਦਿਲ ਵਿੱਚ ਬਹੁਤ ਵੱਡਾ ਵਿਰਾਗ ਸੀ, ਪਰਮਾਤਮਾ ਨੇ ਉਸ ਵਿਰਾਗ ਨੂੰ ਸੁਣ ਲਿਆ, ਕਿਉਂਕਿ ਲੋਕ ਇੰਨੇ ਕੁ ਉਦਾਸ ਸੀ, ਉਸ ਦਰਦ ਨੂੰ ਮਹਿਸੂਸ ਕਰਦੇ ਸੀ ਪਰ ਸਾਂਝਾ ਵੀ ਨਹੀਂ ਕਰ ਸਕਦੇ ਸੀ ਕਿ ਉਸ ਤਕਲੀਫ ਨੂੰ ਕਿੱਦਾਂ ਦੱਸਿਆ ਜਾ ਸਕੇ। ਪਰਮਾਤਮਾ ਨੇ ਇਸ ਨੂੰ ਖੁਸ਼ੀ ਦੇ ਰੰਗ ਵਿੱਚ ਬਦਲ ਦਿੱਤਾ। ਸੋ ਸਾਰਿਆਂ ਨੂੰ ਦਿਲੋਂ ਬਹੁਤ ਬਹੁਤ ਵਧਾਈ। ਪਰਮਾਤਮਾ ਹਮੇਸ਼ਾ ਸਿੱਧੂ ਵੀਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ, ਪਰਮਾਤਮਾ ਇਸ ਘਰ ਨੂੰ ਨਜ਼ਰਾਂ ਤੋਂ ਬਚਾਵੇ। ਇਹ ਘਰ ਵਿੱਚ ਮਸਾਂ ਹੀ ਖੁਸ਼ੀਆਂ ਦੁਬਾਰਾ ਵਾਪਸ ਆਈਆਂ ਨੇ। ਸੋ ਸਾਰੇ ਵੀਰ ਇਸ ਖੁਸ਼ੀ ਨੂੰ ਸਾਂਝਾ ਕਰੋ ਅਤੇ ਸਾਰੇ ਹੀ ਇਸ ਲਈ ਦੁਆ ਕਰੋ ਕਿ ਸਿੱਧੂ ਵੀਰ ਇਸ ਘਰ ਵਿੱਚ ਮਤਲਬ ਉਸੇ ਤਰ੍ਹਾਂ ਹੀ ਇੱਕ ਮਹਾਨ ਇਨਸਾਨ ਦੀ ਤਰ੍ਹਾਂ ਦੁਬਾਰਾ ਇਸ ਘਰ ਦੀ ਰੌਣਕ ਨੂੰ ਇਸ ਪੂਰੇ ਸੰਸਾਰ ਵਿੱਚ